ਅੱਜ ਵੀ ਜਿਹੜਾ ਹੱਥੀ ਦਾਲ ਤੇ ਹੱਥੀ ਸਾਗ ਬਣਾਉਂਦੇ ਨੇ ਤੇ ਪੁਰਾਣਾ ਸਮਾਨ ਜਿਹੜਾ ਲੋਕਾਂ ਨੇ ਕਵਾੜ ਕਰਕੇ ਆਪਣੀਆਂ ਕੋਠੀਆਂ 'ਚ ਬਾਹਰ ਸੁੱਟਦਾ ਹੈ, ਸਾਂਭ ਕੇ ਇੱਥੇ ਰੱਖਿਆ ਹੈ, ਤੇ ਕਿਹੜੀ ਕਿਹੜੀ ਦੂਰੋਂ ਜਿਹੜੇ ਲੋਕ ਆਉਂਦੇ ਨੇ ਸਾਗ ਤੇ ਦਾਲ ਮਾਤਾ ਕਰਤਾਰ ਕੌਰ ਦੇ ਹੱਥ ਦੀ ਖਾਣ ਵਾਸਤੇ। ਬਥੇਰੇ ਗੁਰੂ ਪੁੱਤ ਆਉਂਦੇ, ਬਠਿੰਡੇ ਵੀ ਆਉਂਦੇ ਆ, ਮੁਕਤਸਰ ਵੀ ਆਉਂਦੇ ਆ, ਕਈ ਦਿੱਲੀ ਵਾਲਦੇ ਵੀ ਜਿਹੜੇ ਗਾਂਹ ਲੰਘਦੇ ਉਹ ਵੀ ਆਉਂਦੇ ਆ, ਬਹੁਤ ਲੋਕ ਆਉਂਦੇ। ਮੈਂ ਕਿੱਥੋਂ ਕਿੱਥੋਂ ਤੁਹਾਨੂੰ ਦੱਸਾਂ, ਤੁਹਾਨੂੰ ਵੇਖ ਕੇ ਹੈਰਾਨ ਹੋ ਜਾਂਦੇ ਬਣਿਆ ਵੀ ਮਾਤਾ ਕਿਸ ਤਰ੍ਹਾਂ ਬਣਾਇਆ, ਕਿ ਮੈਂ ਦੱਸਦੀ ਵੀ ਇਸ ਤਰ੍ਹਾਂ ਬਣਾਇਆ। ਉਹਦੇ ਤੌੜੀ ਦੇ ਵਿੱਚ ਸਾਗ ਅਜੇ ਤੱਕ ਖਾਧਾ ਹੀ ਨਹੀਂ। ਜੇ ਆਪਾਂ ਗੱਲ ਕਰੀਏ ਤੇ ਅੱਜ ਕੱਲ ਦੀਆਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਉਹ ਤਾਂ 10-20 ਸਾਲ ਦੀ ਉਮਰ ਚ ਕਹਿੰਦੀਆਂ ਕੰਮ ਲਿਆਉਂਦੀਆਂ, ਤੇ ਤੁਸੀਂ 90 ਸਾਲ ਦੀ ਉਮਰ ਚ ਵੀ ਕੀ ਰਾਜ ਹੈ ਤੇ ਕੀ ਖੁਰਾਕਾਂ ਖਾਂਦੇ ਰਹੇ ਉਦੋਂ? ਉਹ ਤਾਂ ਸਾਡੇ ਨਾਲ ਦੀਆਂ ਖੁਰਾਕਾਂ ਨਾ ਇਹਨਾਂ ਨੂੰ ਮਿਲੀਆਂ ਨਾ ਇਹਨਾਂ ਖਾਧੀ, ਕਈ ਖੁਰਾਕਾਂ ਇੰਨੀਆਂ ਖਾਧੀਆਂ, ਦੁੱਧ ਨਹੀਂ ਵੇਚਦੇ, ਬਿਨਾ ਖਾਧਾ ਜਾਂਦਾ ਖਾਂਦੇ ਸੀ, ਤੇ ਦੁੱਧ ਦਾ ਵੇਚਣ ਦਾ ਘਿਓ ਵੇਚਣ ਦਾ ਬਹੁਤ ਬੁਰਾ ਸਾਡਾ ਬਾਬੂ ਮੰਨਦਾ ਸੀ, ਉਹਦਾ ਜੇ ਪੁੱਤ ਵੇਚ ਲਿਆ ਦੁੱਧ ਨਹੀਂ ਵੇਚਣਾ। ਤੁਹਾਡੇ ਪੋਤਰੇ ਨੇ ਇਹਨਾਂ ਨੇ ਬਾਹਰ ਦਾ ਵੀਜ਼ਾ ਕੈਂਸਲ ਕਰਾ ਦਿੱਤਾ ਵੀ ਬਾਹਰ ਨਹੀਂ ਜਾਣਾ, ਇੱਥੇ ਕੰਮ ਕਰਨਾ ਹੈ। ਬਾਹਰ ਪੁੱਤ ਕੱਲ ਕੇ ਹੀ ਕਿਹਨੂੰ ਵੇਂਦੇ, ਇਹੋ ਕੱਲਾ ਕੱਲਾ ਦੋ ਹੁੰਦੇ, ਚੱਲ ਇੱਕ ਨੂੰ ਕੱਲ ਦਿੰਦੇ, ਦੂਜੇ ਨੂੰ ਮੈਂ ਬਾਅਦ ਚ ਵੇਹਦੀ। ਬੜੀਆਂ ਸਾਨੂੰ ਮਤਲਬ ਭਜਾਇਆ ਵੀ ਮੈਂ ਜਾਣਾ ਜਾਣਾ, ਇਹਨੂੰ ਇੱਕੋ ਕੱਲਾ ਕੇ ਪੁੱਤ ਇੱਥੇ ਰਵੇਗਾ ਸਭ ਤੋਂ ਚੰਗਾ, ਤੇ ਨਹੀਂ ਤਾਂ ਅਸੀਂ ਤਾਂ ਜੀਂਦਾ ਹੀ ਇੰਨੇ ਆ, ਤੂੰ ਕੱਲਾ ਕੱਲਾ ਜੋ ਬਾਹਰ ਚਲਾ ਤਾਂ ਅਸੀਂ ਵੇਖਦਾ ਇੱਥੇ ਕਿਹਨੂੰ। ਹੁਣ ਜਾਂਦਾ ਤਾਂ ਮਿੰਟਾਂ ਮਿੰਟੀ ਮੈਂ ਫੋਨ ਕਰਦੀ ਮਗਰ ਇਹਨੂੰ, 2 ਮਿੰਟ 10 ਮਿੰਟ ਨਾ ਆਵੇ, ਹਾਏ ਆਇਆ ਨੀ ਕਿਉਂ ਨੀ ਆਇਆ, ਤੇ ਉਸੇ ਨੂੰ ਫੋਨ ਕਰੀ। ਬਾਹਰ ਜਾਂਦਾ ਪੁੱਤ, ਬਾਹਰ ਜਾ ਕੇ ਸਾਨੂੰ ਭੁੱਲ ਜਾਣਾ, ਸਾਰੀਆਂ ਚੀਜ਼ਾਂ ਵਰਤੀਆਂ, ਸਾਂਭੀਆਂ ਰੱਖੀਆਂ ਨਿਸ਼ਾਨੀਆਂ ਵਾ, ਤੇ ਵੱਡਿਆਂ ਦੀਆਂ ਨਿਸ਼ਾਨੀਆਂ ਵਾ, ਮਾਤਾ ਦਾ ਚਰਖਾ ਹੈ, ਦਾਦੀ ਦੀ ਹੈ ਚੱਕੀ ਆ, ਆਪ ਵੀ ਦੁੱਧ ਵਿਕਦੇ ਸੀ, ਸਾਡੀ ਸੱਸ ਮਦਾਣੀ ਚਾਟੀ ਸਭ ਉਹਨਾਂ ਦੇ ਹੱਥਾਂ ਦਾ ਰੱਖੇ, ਚਾਟੀ ਤੋਂ ਚਲੋ ਅਸੀਂ ਬਾਅਦ ਚਲੀਆਂ, ਹੋਰ ਚੀਜ਼ਾਂ ਸਾਰੀਆਂ ਉਹਨਾਂ ਦੇ ਹੱਥਾਂ ਦੀਆਂ ਸੀ। ਜਦੋਂ ਵੇਖੀ ਤਾਂ ਉਹਨਾਂ ਦੀ ਯਾਦਗਿਰੀ ਆ ਜਾਂਦੀ ਹੈ ਕਿ ਬਜ਼ੁਰਗ ਸੀ, ਆਹ ਕੰਮ ਉਹ ਕਰਦੇ ਸੀ, ਤੇ ਜੇ ਸਾਡੇ ਕੋਲ ਨਾ ਹੁੰਦੀਆਂ ਫਿਰ ਅਸੀਂ ਕੀ ਯਾਦ ਕਰਨਾ ਉਹਨਾਂ ਦਾ, ਕੀ ਵੇਖਣਾ। ਮੈਂ ਇਹੋ ਸਾਰਿਆਂ ਭੈਣਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਕੰਮ ਕਰਕੇ ਵੇਖੋ ਗੁਜ਼ਾਰਾ ਹੁੰਦਾ ਵਧੀਆ, ਜਦੋਂ ਗੁਜ਼ਾਰਾ ਹੁੰਦਾ ਤੇ ਚੰਗੇ ਦਿਨ ਵੀ ਆ ਜਾਂਦੇ। ਤਰਨ ਤਾਰਨ ਹਾਈਵੇ ਤੇ ਖੜੇ ਹਾਂ ਤੇ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾਉਣ ਜਾ ਰਹੇ ਹਾਂ ਦਾਦੀ ਦਾ ਚੌਂਕਾ। ਜੀ ਹਾਂ, ਹਰ ਕਿਸੇ ਨੇ ਲਿਖਿਆ ਹੁੰਦਾ ਬੇਬੇ ਦਾ ਚੌਂਕਾ ਜਾਂ ਮਾਂ ਦਾ ਚੌਂਕਾ, ਪਰ ਇੱਥੇ ਇੱਕ ਵੱਖਰੀ ਮਿਸਾਲ ਆਈ ਹੈ ਕਿ ਇੱਕ 90 ਸਾਲ ਦੀ ਬਜ਼ੁਰਗ ਮਾਤਾ ਜਿਹੜਾ ਹੱਥੀ ਸਾਗ ਬਣਾ ਕੇ ਅੱਜ ਵੀ ਆਪਣੇ ਦਰਸ਼ਕਾਂ ਨੂੰ ਖਵਾ ਰਹੀ ਹੈ, ਕਿਉਂਕਿ ਦੂਰੋਂ ਦੂਰੋਂ ਲੋਕ ਉਸਦੇ ਹੱਥ ਦਾ ਬਣਿਆ ਸਾਗ ਤੇ ਉਹਦੇ ਹੱਥ ਦੀ ਬਣੀ ਦਾਲ ਦੇ ਫੈਨ ਨੇ। ਮੈਂ ਅਗਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਕੱਚਾ ਜਿਹੜਾ ਚੁੱਲ੍ਹਾ ਨਾ ਬਣਾਇਆ ਹੈ, ਚੌਂਤਲਾ ਤੁਸੀਂ ਵੇਖ ਸਕਦੇ ਜੇ ਉਸ ਮਾਤਾ ਨੇ ਰੱਖਿਆ ਹੈ, ਤਾਂ ਇੱਕ ਚਰਖਾ ਰੱਖਿਆ ਹੈ ਪੁਰਾਣਾ ਸਮਾਨ ਜਿਹੜਾ, ਤਾਂ 13 ਕਿਸਮਾਂ ਦੀ ਜਿਹੜੀ ਸਪੈਸ਼ਲ ਇੱਥੇ ਚਾਹ ਵੀ ਬਣਾਈ ਜਾਂਦੀ ਆ। ਇੱਕ ਇੱਥੇ ਕਹਾਵਤ ਮੈਂ ਵੀਰ ਨੂੰ ਕਹੂੰਗਾ ਕਿ ਕੈਮਰਾਮੈਨ ਨੂੰ ਕੈਮਰੇ ਨਾਲ ਵਿਖਾਵੇ, ਦਾਦੀ ਦੀਆਂ ਬਾਤਾਂ ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ, ਕਿਵੇਂ ਚੌਂਕਾ ਦਾਦੀ ਦਾ 13 ਕਿਸਮਾਂ ਦੀ ਚਾਹ ਇੱਥੇ ਬਣਾਈ ਜਾਂਦੀ ਆ। ਤਾਂ ਮਾਤਾ ਨੇ ਜਿਹੜੀ ਮਧਾਣੀ ਪੁਰਾਣੇ ਸਮਾਨ ਚੱਕੀ ਦਾ ਜਿਹੜਾ ਰੱਖਿਆ ਹੈ, ਤਾਂ ਅੱਜ ਵੀ ਜਿਹੜੀਆਂ ਉਹ ਭੈਣਾਂ ਜਿਹੜੀਆਂ ਸਾਡੀਆਂ ਅੱਜ ਕੰਮ ਕਰਕੇ ਖੁਸ਼ ਨੇ ਉੱਥੇ, ਅੱਜ ਵਿਖਾਵਾਂਗੇ ਕਿ 90 ਸਾਲ ਦੀ ਮਾਤਾ ਬੇਬੇ ਜਿਹੜੀ ਆਪਣੀ ਅੱਜ ਵੀ ਇੰਨੀ ਉਮਰ ਦੇ ਹੋਣ ਦੇ ਬਾਵਜੂਦ ਵੀ ਆਪਣੀ ਹਿੰਮਤ ਨਹੀਂ ਹਾਰਦੀ। ਪਰ ਅੱਜ ਕੱਲ੍ਹ ਦੀਆਂ ਨੌਜਵਾਨ ਸਾਡੀਆਂ ਭੈਣਾਂ ਧੀਆਂ ਜਿਹੜੀਆਂ ਕੰਮ ਕਰਕੇ ਖੁਸ਼ ਨੇ, ਆਓ ਗੱਲਬਾਤ ਕਰਕੇ ਜਾਣਦੇ ਹਾਂ ਕਿ ਕੀ ਮਾਤਾ ਕੋਲ ਇਹੋ ਜਿਹਾ ਰਾਜ ਤੇ ਕੀ ਉਹਦੇ 'ਚ ਤੰਦਰੁਸਤੀ ਹੈ। ਤਾਂ ਆਓ ਸਾਡੇ ਨਾਲ ਹੈ ਮਾਤਾ ਜੀ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਕਰਤਾਰ ਕੌਰ ਆ। ਮਾਤਾ ਜੀ 90 ਸਾਲ ਉਮਰ ਹੋ ਚੱਲੀ ਆ, ਅੱਜ ਵੀ ਜਿਹੜਾ ਹੱਥੀ ਦਾਲ ਤੇ ਹੱਥੀ ਸਾਗ ਬਣਾਉਂਦੇ ਨੇ ਤੇ ਪੁਰਾਣਾ ਸਮਾਨ ਜਿਹੜਾ ਲੋਕਾਂ ਨੇ ਕਵਾੜ ਕਰਕੇ ਆਪਣੀਆਂ ਕੋਠੀਆਂ 'ਚ ਬਾਹਰ ਸੁੱਟਦਾ ਹੈ, ਸਾਂਭ ਕੇ ਇੱਥੇ ਰੱਖਿਆ ਹੈ, ਤੇ ਕਿਹੜੀ ਕਿਹੜੀ ਦੂਰੋਂ ਜਿਹੜੇ ਲੋਕ ਆਉਂਦੇ ਨੇ ਸਾਗ ਤੇ ਦਾਲ ਮਾਤਾ ਕਰਤਾਰ ਕੌਰ ਦੇ ਹੱਥ ਦੀ ਖਾਣ ਵਾਸਤੇ? ਬਥੇਰੇ ਦੂਰੋਂ ਪੁੱਤ ਆਉਂਦੇ, ਬਠਿੰਡੇ ਵੀ ਆਉਂਦੇ ਆ, ਮੁਕਤਸਰ ਵੀ ਆਉਂਦੇ ਆ, ਕਈ ਦਿੱਲੀ ਵਾਲਦੇ ਵੀ ਜਿਹੜੇ ਗਾਂਹ ਲੰਘਦੇ ਉਹ ਵੀ ਆਉਂਦੇ ਆ, ਬਹੁਤ ਲੋਕ ਆਉਂਦੇ। ਮੈਂ ਕਿੱਥੋਂ ਕਿੱਥੋਂ ਤੁਹਾਨੂੰ ਦੱਸਾਂ, ਤੁਹਾਨੂੰ ਵੇਖ ਕੇ ਹੈਰਾਨ ਹੋ ਜਾਂਦੇ ਬਣਿਆ ਵੀ ਮਾਤਾ ਕਿਸ ਤਰ੍ਹਾਂ ਬਣਾਇਆ, ਫਿਰ ਮੈਂ ਦੱਸਦੀ ਵੀ ਇਸ ਤਰ੍ਹਾਂ ਬਣਾਇਆ। ਉਹਦੇ ਤੌੜੀ ਦੇ ਵਿੱਚ ਸਾਗ ਅਜੇ ਤੱਕ ਖਾਧਾ ਹੀ ਨਹੀਂ, ਤੇ ਅੱਜ ਵੀ ਆਰਡਰ ਆਇਆ ਵੀ ਸਾਗ ਇਹਨੂੰ ਅਸੀਂ ਖਾਣ ਆਉਣਾ, ਤਾਂ ਅੱਜ ਮੈਂ ਆਪਣੀ ਹੱਥੀਂ ਧਰਨ ਡਈ ਹਾਂ। ਤੁਸੀਂ ਖੁਦ ਵੇਖਿਆ ਆਪ ਧਰਿਆ, ਦਾਲ ਵੀ ਮੈਂ ਤੌੜੀ ਦੀ ਬਣਾਉਣੀ ਆ, ਕੁੱਕਰ ਦੇ ਵਿੱਚ ਕੋਈ ਨਹੀਂ ਬਣਾਉਂਦੀ, ਨਾ ਹੀ ਸਿਲੰਡਰ 'ਤੇ ਬਣਾਉਣੀ, ਚੁੱਲ੍ਹੇ 'ਤੇ ਬਣਾਉਣੀ ਆ, ਅਤੇ ਆਪਦੀ ਮਿਹਨਤ ਹੈ ਪੁੱਤ, ਜਿੰਨੀ ਮਰਜ਼ੀ ਕਰ ਲਈਏ।
ਮਾਤਾ ਜੀ ਦੰਦ ਸਾਰੇ ਆਪਣੇ ਨੇ ਓਰਿਜਨਲ ਨੇ ਸਾਰੇ ਦੂਜੇ ਰੋਟੀ ਨਹੀਂ ਖਾਧੀ ਜਾਂਦੀ ਦੂਸਰੇ ਲਵਾਏ ਆ ਕਾਫੀ ਚਿਰ ਹੋ ਗਿਆ ਮੈਂ ਲਵਾਏ ਆ ਤੇ ਦੰਦ ਵੀ ਸਾਡੇ ਅੱਖੀ ਵੀ ਨਹੀਂ ਦੇਖਦਾ ਤੇ ਦੰਦ ਮੇਰੇ ਜੇ ਦੂਜੇ ਆਪਣੇ ਨਹੀਂ ਗੇ ਜੇ ਆਪਾਂ ਗੱਲ ਕਰੀਏ ਤੇ ਅੱਜ ਕੱਲ ਦੀਆਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਉਹ ਤਾਂ 10-20 ਸਾਲ ਦੀ ਉਮਰ ਚ ਕਹਿੰਦੀਆਂ ਕੰਮ ਨਹੀਂ ਹੁੰਦੀਆਂ ਤੇ ਤੁਸੀਂ 90 ਸਾਲ ਦੀ ਉਮਰ ਚ ਵੀ ਕੀ ਰਾਜ ਹੈ ਤੇ ਕੀ ਖੁਰਾਕਾਂ ਖਾਂਦੇ ਰਹੇ ਉਦੋਂ ਉਦੋਂ ਸਾਡੇ ਨਾਲ ਦੀਆਂ ਖੁਰਾਕਾਂ ਨਾ ਇਹਨਾਂ ਨੂੰ ਮਿਲੀਆਂ ਨਾ ਇਹਨਾਂ ਖਾਧੀਆਂ ਅਸੀਂ ਖੁਰਾਕਾਂ ਇੰਨੀਆਂ ਖਾਧੀਆਂ ਦੁੱਧ ਨਹੀਂ ਵੇਚਦੇ ਜਿੰਨਾ ਖਾਧਾ ਜਾਂਦਾ ਖਾਂਦੇ ਸੀ ਤੇ ਦੁੱਧ ਦਾ ਵੇਚਣ ਦਾ ਘਿਓ ਵੇਚਣ ਦਾ ਬਹੁਤ ਬੁਰਾ ਸਾਡਾ ਬਾਪ ਮੰਨਦਾ ਉਹਦਾ ਜੇ ਪੁੱਤ ਵੇਚ ਲਿਆ ਦੁੱਧ ਨਹੀਂ ਵੇਚਣਾ ਉਹ ਪੁੱਤ ਵੇਚ ਲਈਦਾ ਤੇ ਖੁਰਾਕ ਬੱਚਾ ਖਾਧੀ ਆਪਣੀ ਹੱਥੀ ਇਹ ਵੀ ਨਹੀਂ ਵੀ ਕਿਸੇ ਪਾ ਕੇ ਦੀ ਆਪਣੀ ਹੱਥੀ ਜਿੰਨੀ ਖਾਧੀ ਕਿ ਖਾਧੀ ਹੈ ਐਸਾ ਹੀ ਭੈਣ ਭਰਾ ਕਰ ਸਾਡਾ 5 ਪੀੜ੍ਹੀਆਂ ਤੋਂ ਆਇਆ ਤੇ ਦੋ ਮੇਰੇ ਭਰਾ ਇੱਕ ਮੈਂ ਭੈਣ ਸੀ ਤਾਂ ਸਾਡੇ ਪਿਓ ਨੇ ਕਿ ਜਿੰਨਾ ਖਾਧਾ ਜਾਂਦਾ ਖਾਓ ਬਰਾਬਰ ਮੈਂ ਭਰਾਵਾਂ ਦੇ ਖਾਂਦੀ ਰਹੀ ਜੇ ਅੱਜ ਮੈਂ ਆਖਾਂ ਵੀ ਨਹੀਂ ਤੇ ਸਿਹਤ ਮੇਰੀ ਇੱਥੇ ਮਤੁਰੀ ਫਿਰਦੀ ਆ ਬਹਿੰਦੀ ਨਹੀਂ ਆਪਦਾ ਜਿੰਨਾ ਮੇਰੇ ਕੋਲ ਹੁੰਦਾ ਮੋਨਾ ਕਰਦੀ ਹਾਂ ਨਾ ਮੈਂ ਥੱਕਦੀ ਹਾਂ ਨਾ ਮੈਨੂੰ ਥਕੇਵਾਂ ਹੁੰਦਾ ਹੀ ਆ ਤੇ ਬਾਕੀ ਅੱਜ ਕੱਲ੍ਹ ਦੀਆਂ ਤਾਂ ਬੀਬੀਆਂ ਜਿਹੜੀਆਂ ਉਹ ਥੋੜ੍ਹਾ ਕੰਮ ਕਰਕੇ ਤਾਂ ਬਾਲੂ ਪੈਂਦੀਆਂ ਅਗਲੇ ਵੀ ਅਸੀਂ ਆਹ ਕਰ ਲਿਆ ਆਹ ਕਰ ਲਿਆ ਜਦੋਂ ਦੱਸੀ ਤਾਂ ਆਉਂਦੇ ਸਾਥੋਂ ਨਹੀਂ ਹੁੰਦਾ ਤੇ ਕਹਿ ਕਹਾਂਗੇ ਕੀ ਉਹਨਾਂ ਨੂੰ ਦਾਲ ਦਾ ਨਹੀਂ ਪਤਾ ਸਾਗ ਦਾ ਨਹੀਂ ਪਤਾ ਤੇ ਮੈਂ ਆਪਣੀ ਹੱਥੀ ਬਣਾਉਣੀ ਆਪਦੀ ਹੱਥੀ ਸਾਰੇ ਲਖਾਂਦੇ ਵੀ ਆ ਵੇਖ ਕੇ ਕਈਆਂ ਦਾ ਆਰਡਰ ਵੀ ਆਉਂਦਾ ਵੀ ਦਿਓ ਦਾਲ ਆਪਣੀ ਤੌੜੀ ਦੀ ਸਾਗ ਵੀ ਸਾਨੂੰ ਤੌੜੀ ਦਾ ਦਿਓ ਵੀ ਬਾਕੀ ਮਿਹਨਤ ਨਹੀਂ ਪਤਾ ਆਪਣੀ ਮਾਸ਼ਾ ਦੀ ਜਿੰਨੀ ਮੇਰੇ ਚਿੰਤ ਮੋਨੀ ਕਰੀ ਜਾਂ ਚਲੋ ਜੋ ਜਾਣਾ ਉਹ ਤਾਂ ਜਾਣਾ ਹੀ ਆ ਜਿੰਨਾ ਚਿਰ ਜ਼ਿੰਦਗੀ ਉਹਨਾਂ ਚਿਰ ਮਿਹਨਤ ਕਰੋ ਇੱਕ ਗੱਲ ਦੱਸੋ ਸਾਨੂੰ ਪਤਾ ਲੱਗਾ ਸੀ ਤੁਹਾਡੇ ਪੋਤਰੇ ਨੇ ਇਹਨਾਂ ਨੇ ਬਾਹਰ ਦਾ ਵੀਜ਼ਾ ਕੈਂਸਲ ਕਰਾ ਦਿੱਤਾ ਵੀ ਬਾਹਰ ਨਹੀਂ ਜਾਣਾ ਇੱਥੇ ਕੰਮ ਕਰਨਾ ਹੈ ਬਾਹਰ ਪੁੱਤ ਕੱਲ ਕੇ ਅਸੀਂ ਕਿਹਨੂੰ ਵੇਹਦੇ ਇਹੋ ਕੱਲਾ ਕਲਾਵਾ ਦੋ ਹੁੰਦੇ ਚੱਲ ਇੱਕ ਨੂੰ ਕੱਲ ਦਿੰਦੇ ਦੂਜੇ ਨੂੰ ਮੈਂ ਬਾਅਦ ਚ ਵੇਹਦੀ ਬੜੀਆਂ ਇਹਨੇ ਸਾਨੂੰ ਮਤਲਬ ਭਜਾਇਆ ਵੀ ਮੈਂ ਜਾਣਾ ਹੀ ਜਾਣਾ ਇਹਨੂੰ ਇੱਕੋ ਗੱਲ ਰੱਖੀ ਪੁੱਤ ਇੱਥੇ ਰਵੇਂਗੇ ਸਭ ਤੋਂ ਚੰਗਾ ਤੇ ਨਹੀਂ ਤਾਂ ਅਸੀਂ ਤਾਂ ਜੀਂਦਾ ਹੀ ਅੰਨੇ ਆ ਤੂੰ ਕੱਲਾ ਕੱਲਾ ਜੋ ਬਾਹਰ ਚਲਾ ਗਿਆ ਤਾਂ ਅਸੀਂ ਵੇਖਣਾ ਇੱਥੇ ਕਿਹਨੂੰ ਹੁਣ ਜਾਂਦਾ ਤਾਂ ਮਿੰਟਾਂ ਮਿੰਟੀ ਮੈਂ ਫੋਨ ਕਰਦੀ ਮਗਰ ਇਹਨੂੰ 2 ਮਿੰਟ 10 ਮਿੰਟ ਨਾ ਆਵੇ ਹਾਏ ਆਇਆ ਨਹੀਂ ਕਿਉਂ ਨਹੀਂ ਆਇਆ ਤੇ ਉਸੇ ਨੂੰ ਫੋਨ ਕਰੀ ਜੇ ਬਾਹਰ ਜਾਂਦਾ ਮੈਂ ਤਾਂ ਬਾਹਰ ਜਾ ਕੇ ਸਾਨੂੰ ਇਹਨੂੰ ਭੁੱਲ ਜਾਣਾ ਹੁਣ ਸਾਡੇ ਕੋਲ ਆ ਸਾਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਆਪਣੀ ਕਮਾਈ ਕਰਦਾ ਰਾਤ ਦਿਨ ਖਪਦੇ ਆ ਪਿਓ ਵੀ ਖਪਦਾ ਮੈਂ ਵੀ ਖਪਦੀ ਹਾਂ ਇਹ ਵੀ ਖਪਦਾ ਰਾਤ ਦੇ 12 ਵਜੇ 1 ਵਜੇ ਤਾਂ ਕਈ ਜਾਗਦੇ ਰਹਿੰਦੇ ਇੱਥੇ ਸਮਝੋ ਸੜਕ ਦੇ ਉੱਤੇ ਤੇ ਕਿਸੇ ਵੇਲੇ ਮਨ ਵਿੱਚ ਆਉਂਦੀ ਵੀ ਆ ਵੀ ਮਹਾਰਾਜ ਕਿਹੋ ਜਿਹੇ ਦਿਨ ਲੈ ਜਾਂਦੇ ਜੇ ਅਸੀਂ ਸੜਕ 'ਤੇ ਬੈਠੇ ਹਾਂ ਅਤੇ ਇਹੋ ਜਿਹੇ ਦਿਨਾਂ ਦਾ ਫਿਰ ਵੀ ਮੈਂ ਸ਼ੁਕਰ ਗੁਜ਼ਾਰ ਕਰਦੀ ਮਹਾਰਾਜ ਦਾ ਵੀ ਸ਼ੁਕਰ ਆ ਮੇਰਾ ਪਰਿਵਾਰ ਇਕੱਠਾ ਵਾ ਮੇਰੇ ਕੋਲ ਅਤੇ ਬਾਕੀ ਜੇ ਬਾਹਰ ਚਲੇ ਜਾਂਦਾ ਤਾਂ ਫਿਰ ਮੈਂ ਬੱਚਾ ਕਿਹਨੂੰ ਵੇਖਣਾ ਇੱਕ ਆ ਜਿਹੜੀਆਂ ਚੀਜ਼ਾਂ ਪੁਰਾਣਾ ਸਮਾਨ ਬੀਬੀਆਂ ਨੂੰ ਪਤਾ ਹੀ ਨਹੀਂ ਆ ਕਿ ਮਧਾਣੀ ਆ ਥੱਲੇ ਉਹਨੂੰ ਕੀ ਆਉਂਦੇ ਆ ਰੱਸੀ ਨੂੰ ਕੀ ਆਉਂਦੇ ਆ ਜਾਂ ਚਰਖਾ ਰੱਖਿਆ ਹੈ ਅੱਜ ਕੱਲ੍ਹ ਦੇ ਹੁਣ ਤੇ ਪੀੜ੍ਹੀ ਨੂੰ ਬਿਲਕੁਲ ਹੀ ਨਹੀਂ ਪਤਾ ਉਹ ਤਾਂ ਜਦੋਂ ਕਿਸੇ ਨੇ ਵੇਖਿਆ ਹੀ ਨਹੀਂ ਵਰਤਿਆ ਹੀ ਨਹੀਂ ਤੇ ਪਤਾ ਕਿ ਉਹਨਾਂ ਹੀ ਤਾਂ ਵਰਤੀਆਂ ਵਾ ਸਾਰੀਆਂ ਚੀਜ਼ਾਂ ਵਰਤੀਆਂ ਸਾਂਭੀਆਂ ਰੱਖੀਆਂ ਨਿਸ਼ਾਨੀਆਂ ਵਾ ਤੇ ਵੱਡਿਆਂ ਦੀਆਂ ਨਿਸ਼ਾਨੀਆਂ ਵਾ ਮਾਤਾ ਦਾ ਚਰਖਾ ਹੈ ਦਾਦੀ ਦੀ ਹੈ ਚੱਕੀ ਆ ਆਪ ਵੀ ਦੁੱਧ ਵਿਕਦੇ ਸੀ ਸਾਡੀ ਸੱਸ ਮਧਾਣੀ ਚਾਟੀ ਸਭ ਉਹਨਾਂ ਦੇ ਹੱਥਾਂ ਦਾ ਰੱਖੇ ਚਾਟੀ ਤੇ ਚਲੋ ਅਸੀਂ ਬਾਅਦ ਚਲੀਏ ਹੋਰ ਚੀਜ਼ਾਂ ਸਾਰੀਆਂ ਉਹਨਾਂ ਦੇ ਹੱਥਾਂ ਦੀ ਰੱਖੀ ਜਦੋਂ ਵੇਖੀ ਤਾਂ ਉਹਨਾਂ ਦੀ ਯਾਦਗਿਰੀ ਆ ਜਾਂਦੀ ਹੈ ਵੀ ਬਜ਼ੁਰਗ ਸੀ ਆਹ ਕੰਮ ਉਹ ਕਰਦੇ ਸੀ ਤੇ ਜੇ ਸਾਡੇ ਕੋਲ ਨਾ ਹੁੰਦੀਆਂ ਫਿਰ ਅਸੀਂ ਕੀ ਯਾਦ ਕਰਨਾ ਉਹਨਾਂ ਦਾ ਕੀ ਵੇਖਣਾ ਤੇ ਹੁਣ ਦੀਆਂ ਬੀਬੀਆਂ ਨੂੰ ਆਖੀਏ ਤਾਂ ਉਹ ਆ ਦਿੰਦੇ ਨਹੀਂ ਆ ਇੱਥੇ ਰੱਖਣੀਆਂ ਹੀ ਨਹੀਂ ਸਾਡੀ ਸ਼ੋਅ ਮਰਦੀ ਅਤੇ ਆਪਾਂ ਸਾਂਭ ਕੇ ਰੱਖੇ ਜਿੰਨਾ ਚਿਰ ਜੀਨੇ ਸਾਂਭ ਕੇ ਰੱਖਾਂਗੇ ਅਤੇ ਬਾਅਦ 'ਚ ਇਹਨਾਂ ਦੇ ਸਾਂਭਣਗੇ ਸਭ ਤੋਂ ਚੰਗੀ ਨਾ ਸਾਂਭਣਗੇ ਤਾਂ ਫਿਰ ਪਈਆਂ ਹੀ ਆ ਜਿੱਥੇ ਪਈਆਂ ਪਈਆਂ ਰਹਿਣਗੀਆਂ ਤਾਂ ਸਾਡੇ ਨਾਲ ਮਾਤਾ ਦਾ ਪੋਤਰਾ ਵੀ ਇੱਕ ਅਸੀਂ ਦੱਸ ਦਈਏ ਕਿ ਜਿੱਥੇ 90 ਸਾਲਾਂ ਮਾਤਾ ਦਾ ਸਾਗ ਅਤੇ ਦਾਲ ਦੇ ਲੋਕੀ ਫੈਨ ਨੇ ਉੱਥੇ ਪੋਤਰੇ ਦੀ 13 ਕਿਸਮਾਂ ਦੀ ਚਾਹ ਦੇ ਵੀ ਲੋਕ ਫੈਨ ਨੇ ਬੜੀ ਬੜੀ ਦੂਰੋਂ ਆਉਂਦੇ ਨੇ ਆਪਣਾ ਨਾਮ ਵੀ ਦੱਸਿਓ ਪਹਿਲਾਂ ਮਨਪ੍ਰੀਤ ਸਿੰਘ ਨਾਮ ਹੈ ਜੀ ਮੇਰਾ ਤਾਂ ਮਨਪ੍ਰੀਤ ਜੀ ਕਿੰਨੇ ਕਿਸਮਾਂ ਦੀ ਚਾਹ ਜਿਹੜੀ ਬਣਾਉਂਦੇ ਹੋ ਚਾਹ ਭਾਅ ਜੀ ਸਾਲ ਹੋ ਗਿਆ ਸਾਨੂੰ ਬਣਾਉਂਦਿਆਂ ਨੂੰ ਅਤੇ 13 ਤਰ੍ਹਾਂ ਦੀ ਚਾਹ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿ ਸਰ ਹੁਣ ਠੰਡ ਆ ਗਈ ਆ ਠੰਡ ਦੇ ਵਿੱਚ ਮਸਾਲੇ ਵੀ ਥੋੜ੍ਹੇ ਤੇਜ਼ ਵੀ ਹੋ ਜਾਣੇ ਆ ਥੋੜ੍ਹੇ ਵਧੀਆ ਵੀ ਜਿੱਦਾਂ ਵੀ ਕੁਛ ਚੀਜ਼ਾਂ ਗਰਮੀ 'ਚ ਨਹੀਂ ਸੀ ਪੈਂਦੀਆਂ ਹੁਣ ਉਹ ਵੀ ਪੈਣੀਆਂ ਇੱਦਾਂ ਜੀ ਵਧੀਆ ਚੀਜ਼ ਕੱਚੇ ਦੁੱਧ 'ਚ ਚਾਹ ਬਣਾਉਂਦੇ ਹਾਂ ਆਪਾਂ
बहुत ज्यादा वा जे गर्म जल सारियां लैके चलिए ऐदा ही है जी बहुत चावा हुण अदरक वाली आ इलायची वाली आ ऐदा ऐदा गिलास मिला के आपां इह हिसाब लाया वी 13 बन जांदे जी सलाह जो साडी बदल गई ते आपां फिर मना ही करता एजेंट नूं भी है ना बाद चो एजेंट भी ना मन्ने भी बई तुसी मना मुकर दे जे पर असीं कहा भी नहीं हुण बहुत टाइम वेट कर लिया हुण नहीं आपां वेट करना हुण आपां इत्थे ही काम करना ते बहुत वधिया ते मैं इहो सारिआं भैणां भरावां नूं कहिणा चाहुंदा वी इत्थे काम करके वेखो गुजारा हुंदा वधिया जदों गुजारा हुंदा ते चंगे दिन वी आ जांदे जदों आपां आने आ वी अहीं किसे तगड़े वल वेख के फिर गुजारा ही नहीं हैगा जी हाँ जी तां मनप्रीत जी जदों बाहरों लोक आउंदे ने ਤਾਂ ਦਾਦੀ ਦੇ ਨਾਲ ਦਾਦੀ ਦੀਆਂ ਗੱਲਾਂ ਕਰਦੇ ਨੇ ਤੰਦਰੁਸਤੀ ਦੀਆਂ ਦਾਲ ਦੀਆਂ ਹੱਥਾਂ ਦਾ ਬਣਿਆ ਸਾਗ ਫਿਰ ਮਨ ਨੂੰ ਖੁਸ਼ੀ ਕਿੰਨੀ ਕੁ ਹੁੰਦੀ ਹੈ ਖੁਸ਼ੀ ਜੀ ਮੈਂ ਤੇ ਇਹ ਸਮਝਦਾ ਵੀ ਸ਼ਾਇਦ ਸਾਡਾ ਇਹ ਕੰਮ ਇਦਾਂ ਹੀ ਚੱਲਣਾ ਸੀ ਦਾਦੀ ਕਰਕੇ ਹੈ ਨਾ ਤੇ ਬੜੀ ਮਾਲਕ ਨੇ ਵਧੀਆ ਹੁਣ ਮੈਨੂੰ ਕਈਆਂ ਨੇ ਕਿਹਾ ਵੀ ਨਾਂ ਕੀ ਆ ਨਾਂ ਮੈਂ ਕਿਹਾ ਚੌਂਕਾ ਦਾਦੀ ਦਾ ਹੀ ਚੱਲਣਾ ਨਾਂ ਕਿਉਂਕਿ ਉਦੋਂ ਵੀ ਚੌਂਕਾ ਦਾਦੀ ਦਾ ਸੀ ਜਦੋਂ ਆਪਣਾ ਕੰਮ ਬਿਲਕੁਲ ਨਵਾਂ ਨਵਾਂ ਸੀ ਜਦੋਂ ਆਪਾਂ ਬੜੇ ਥੋੜੇ ਜਿਹੇ ਸਮਾਨ ਲੈ ਕੇ ਤੇ ਗੁੜ ਵਾਲੀ ਚਾਹ ਦਾ ਸ਼ੁਰੂ ਕੀਤਾ ਸੀ ਬੜੀਆਂ ਟਿਚਰਾਂ ਮਖੌਲ ਹੈ ਨਾ ਜੀ ਕਈ ਜਿਹੜੇ ਆਉਂਦੇ ਨਹੀਂ ਸੀ ਆ ਸਭ ਗੱਲਾਂ ਸੀ ਤੇ ਹੁਣ ਉਹ ਆ ਕੇ ਆਉਂਦੇ ਆ ਵੀ ਸਾਡਾ ਦਿਲ ਹੀ ਇੱਥੇ ਲੱਗਦਾ ਹਾਂਜੀ ਜਿਹੜੇ ਆਉਂਦੇ ਨਹੀਂ ਸੀ ਉਹ ਕਹਿੰਦੇ ਸਾਡਾ ਹੁਣ ਦਿਲ ਹੀ ਇੱਥੇ ਲੱਗਦਾ ਇੱਥੇ ਇੰਨੀ ਰੌਣਕ ਹੈ ਜੀ ਹਾਂਜੀ ਤੇ ਮੈਂ ਵੀ ਇੱਦਾਂ ਸੀ ਜੀ ਵੀ ਮੈਂ ਵੀ ਪੂਰਾ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਇਹ ਕੰਮ ਅਜੇ ਵੀ ਬਹੁਤਾ ਨਹੀਂ ਕਹਿੰਦਾ ਪਰ ਮੈਨੂੰ ਹੁਣ ਉਮੀਦ ਆ ਵੀ ਨਹੀਂ ਜਿੰਨਾ ਆਪਾਂ ਮਿਹਨਤ ਕੀਤੀ ਆ ਇੱਥੇ ਵੀ ਗੁਜ਼ਾਰਾ ਹੈਗਾ ਵਧੀਆ ਹੈਗਾ ਤਾਂ ਜਿਹੜੀ ਨੌਜਵਾਨ ਪੀੜ੍ਹੀ ਨਸ਼ੇ 'ਚ ਲੱਗੀ ਆ ਜਾਂ ਬਾਹਰ ਭੱਜਦੀ ਆ ਉਹਨਾਂ ਨੂੰ ਹੁਣ ਕੀ ਮੈਸੇਜ ਰਹੂਗਾ ਮੈਸੇਜ ਤੇ ਇਹ ਸਰਕਾਰਾਂ ਨੂੰ ਆ ਜੀ ਵੀ ਸਰਕਾਰਾਂ ਥੋੜ੍ਹਾ ਵਧੀਆ ਮਾਹੌਲ ਬਣਾਉਣ ਆਪਾਂ ਇਹ ਨਾ ਦੇਖੀਏ ਵੀ ਟੀ ਵੀ 'ਤੇ ਸਕਰੀਨਾਂ 'ਤੇ ਨੌਕਰੀਆਂ ਮਿਲ ਗਈਆਂ ਕੋਈ ਸਾਡੇ ਗਰੀਬ ਭਰਾ ਵੀ ਪਿੰਡਾਂ 'ਚੋਂ ਨੌਕਰੀਆਂ ਮਿਲਣ ਹੈ ਨਾ ਜੀ ਗਿਣਤੀ ਦੀਆਂ ਨੌਕਰੀਆਂ ਹੁੰਦੀਆਂ ਵੇਖੋ ਕਿੰਨੇ ਦਿਨ ਟੀ ਵੀ 'ਤੇ ਚੱਲਦਾ ਰਹਿੰਦਾ ਜੀ ਨੌਕਰੀਆਂ ਦੇ ਦਿੱਤੀਆਂ ਨੌਕਰੀਆਂ ਆ ਸਾਡੇ ਲਾਗੇ ਲਾਗੇ ਦੇ 10 ਪਿੰਡਾਂ 'ਚੋਂ ਵੀ ਸਾਨੂੰ ਨਹੀਂ ਪਤਾ ਵੀ ਕੋਈ ਇੱਕ ਬੰਦਾ ਨੌਕਰੀ ਜਾਂ ਕੋਈ ਪੜ੍ਹਿਆ ਲਿਖਿਆ ਤੋ ਇਹ ਗੱਲ ਹੈ ਜੀ ਸਰਕਾਰਾਂ ਜਾਗਣ ਅਤੇ ਫਿਰ ਹੀ ਸਾਡੇ ਲੋਕ ਬਾਹਰ ਨਹੀਂ ਜਾਣਗੇ ਗਰੀਬੀ ਦੀ ਆੜ ਦਾ ਕਰਕੇ ਸਾਡੇ ਲੋਕ ਬਾਹਰ ਦਾ ਨਾਮ ਲੈਂਦੇ ਆ ਕੁਝ ਤਾਂ ਗਰੀਬੀ ਦਾ ਕਰਕੇ ਲੈਂਦੇ ਆ ਕੁਝ ਇੱਥੇ ਬੜੇ ਸੌਖੇ ਘਰਾਂ ਦੇ ਹੈਗੇ ਆ ਜਿਨ੍ਹਾਂ ਜਾ ਕੇ ਉਹਨਾਂ ਦਾ ਵੀ ਪੱਠਾ ਡਾਊਨ ਕਰਤਾ ਜੀ ਸਾਡੇ ਪੰਜਾਬੀਆਂ ਨੇ ਸਾਡੇ ਪੰਜਾਬੀਆਂ ਦਾ ਕਰਕੇ ਹੀ ਆ ਮਾਹੌਲ ਸਾਰੇ ਮਾਹੌਲਾਂ ਦੀ ਜੜ ਆਪਾਂ ਪੰਜਾਬੀ ਹਾਂ ਕਿ ਆਪਾਂ ਉੱਥੇ ਜਾ ਕੇ ਮਾਹੌਲ ਇੱਥੇ ਆਪਾਂ ਕੀਤਾ ਹੀ ਕੁਛ ਨਹੀਂ ਸੀ ਇੱਥੇ ਆਪਾਂ ਕੁਝ ਨਹੀਂ ਕੀਤਾ ਉੱਥੇ ਆਪਾਂ ਹਰ ਤਰ੍ਹਾਂ ਦਾ ਕੰਮ ਰੋਡ ਦੇ ਉੱਤੇ ਪੇਂਟ ਕਰਨ ਦਾ ਕੰਮ ਵਾਸ਼ਰੂਮ ਟੋਇਲਟ ਸਭ ਇੱਕ ਆਪਾਂ ਪਰਵਾਹ ਨਹੀਂ ਮੰਨਣ ਡੇ ਅਤੇ ਇੱਥੇ ਆਪਾਂ ਕਿਤੇ ਅੱਧੀ ਵੀ ਮਿਹਨਤ ਕੀਤੀ ਹੁੰਦੀ ਤਾਂ ਆਪਾਂ ਬੜੇ ਸੌਖੇ ਰਹਿਣਾ ਸੀ ਜੀ ਹਾਂਜੀ ਤਾਂ ਹੁਣ ਮਨਪ੍ਰੀਤ ਦਾਦੀ ਦੇ ਨਾਲ ਕੰਮ ਕਰਦਾ ਰਹੂਗਾ ਤੇ ਦਾਦੀ ਦੇ ਨਾਲ ਹੀ ਰਹੂਗਾ ਇਹ ਇੱਦਾਂ ਹੀ ਸਦਾ ਹੀ ਰਹਿਣਾ ਜੀ ਕੰਮ ਇਹ ਤੇ ਅਸੀਂ ਇਹਦੇ ਆਪਣੀ ਦਾਦੀ ਆਪਣੇ ਨਾਲ ਪਹਿਲੇ ਦਿਨ ਤੋਂ ਹੀ ਆਪਾਂ ਜੀ ਇਕੱਠੇ ਹਾਂ ਅਤੇ ਇਹ ਇੱਦਾਂ ਹੀ ਰਹਿਣਾ ਇਹ ਜਗ੍ਹਾ ਨੂੰ ਮਹਾਰਾਜ ਬਾਬਾ ਦੀਪ ਸਿੰਘ ਮਿਹਰ ਕਰਨ ਅਤੇ ਗਾਂਹ ਵੀ ਚੌਂਕਾ ਦਾਦੀ ਦਾ ਹੀ ਇਹ ਨਾਂ ਜਿਹੜੇ ਆ ਵੀ ਬੋਰਡ ਵਗੈਰਾ ਵੀ ਆਪਾਂ ਇਹੋ ਹੀ ਆਪਣਾ ਗੂਗਲ ਪੇ ਵੀ ਚੌਂਕਾ ਦਾਦੀ ਤੋਂ ਹੀ ਚੱਲਦਾ ਜੀ ਚੌਂਕਾ ਦਾਦੀ ਦਾ ਹਾਂਜੀ ਜਿਹੜੇ ਇਹ ਗੱਲਾਂ ਵੀ ਦਾਦੀ ਦਾ ਇਹ ਪੈਸੇ ਦਾਦੀ ਲੈਂਦੀ ਹੈ ਕਿ ਜਾਂ ਪੋਤਰਾ ਲੈਂਦਾ ਹੈ ਇਹ ਪੈਸੇ ਤੇ ਜੀ ਜਿੱਥੇ ਜਿੱਥੇ ਲੋੜ ਹੁੰਦੀ ਦਾਦੀ ਕਹਿੰਦੀ ਆਪਾਂ ਰੈ ਨਾ ਵਰਤ ਲੈਂਦੇ ਹਾਂ ਪਰ ਸ਼ਾਇਦ ਜੇ ਮੈਂ ਸਮਝਦਾ ਮੇਰੇ ਕੰਮ ਦੀ ਚੜ੍ਹਾਈ ਹੋਣ ਡਈ ਆ ਤੇ ਇਸੇ ਕਰਕੇ ਵੀ ਆਪਾਂ ਥੋੜ੍ਹਾ ਬਜ਼ੁਰਗਾਂ ਨੂੰ ਮਾਣ ਸਤਿਕਾਰ ਦਿੱਤਾ ਜੋ ਉਹਨਾਂ ਦਾ ਬਣਦਾ ਹੀ ਹੈ ਜੀ ਹੈ ਨਾ ਜੀ ਉਹ ਉਹਨਾਂ ਦਾ ਹੱਕ ਬਣਦਾ ਇਹ ਸੀ ਦਾਦੀ ਪੋਤਰਾ ਜਿਨ੍ਹਾਂ ਨੇ ਦੱਸਿਆ ਹੈ ਕਿ ਕਹਿੰਦੇ ਨੇਚਾ ਅੱਗੇ ਨਹੀਂ ਪਹਾੜ ਖਲੋ ਸਕਦਾ ਜੇ ਕਰੀਏ ਵਿਸ਼ਵਾਸ ਤੇ ਸਭ ਕੁਝ ਹੋ ਸਕਦਾ ਹੈ ਜੀਰੋ ਲੈਵਲ ਤੋਂ ਦੱਸਿਆ ਹੈ ਮਨਪ੍ਰੀਤ ਨੇ ਕਿ ਅਸੀਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਬਾਬੇ ਦੀਪ ਸਿੰਘ ਦੀ ਕਿਰਪਾ ਹੈ ਤਾਂ ਅੱਜ ਵੀ ਲੋਕ ਦੂਰੋਂ ਦੂਰੋਂ ਜਿਹੜੀਆਂ 13 ਕਿਸਮਾਂ ਦੀ ਸਪੈਸ਼ਲ ਚਾਹ ਜਿਹੜੀ ਪੀਣ ਆਉਂਦੇ ਨੇ ਤਾਂ ਦੂਰੋਂ ਦੂਰੋਂ ਜਿਵੇਂ ਮਾਤਾ ਨੇ ਦੱਸਿਆ ਹੈ
कि दाल तौड़ी, क्योंकि अजकल दियां भैणां साडियां ने इह नहीं पता कि तौड़ी की होंदी है। मिट्टी का भांडा जिहड़ा अग दे चुल्हे ते बाल के जिहड़ी दाल जिहड़ी घुल जाणी उहदे वर्गी दाल नहीं कोई बना सकदा, तां उह दाल जिहड़ी है बिना तड़के तों वी सवाद लगदी आ। ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਬਾਹਰ ਨੂੰ ਭੱਜਦੀ ਉਹਨਾਂ ਨੂੰ ਪਤਾ ਲੱਗੇ ਕਿ ਇੱਥੇ ਵੀ ਕਹਿੰਦੇ ਆ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ। ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ, ਸਾਰਿਆਂ ਤੱਕ ਪਹੁੰਚ ਜਾਵੇ। ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼, ਮੈਂ ਜਸਵੀਰ ਸਿੰਘ ਛੀਨਾ, ਤਰਨ ਤਾਰਨ।